ਆਹ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਦਿਨ ਦਿਹਾੜੇ ਚੱਲੀਆਂ ਸਿੱਧੀਆਂ ਗੋਲੀਆਂ। ਪਤਾ ਨਹੀਂ ਕਿ ਕੀ ਅੱਜ ਕੱਲ੍ਹ ਲੋਕਾਂ ਨੂੰ ਕੀ ਹੋਇਆ ਹੈ ਕਿ ਅੱਜ ਕੱਲ੍ਹ ਪੰਜਾਬ ਦੇ ਹਾਲਾਤ ਇੰਨੇ ਵਿਗੜੇ ਹੋਏ ਆ ਕਿ ਕਿਸੇ ਤੋਂ ਕੁਛ ਬਰਦਾਸ਼ਤ ਹੀ ਨਹੀਂ ਹੁੰਦਾ। ਆ ਛੋਟੀ ਜਿਹੀ ਗੱਲ ਦੇ ਬਦਲੇ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਸਿੱਧੀਆਂ ਗੋਲੀਆਂ ਚੱਲੀਆਂ। ਤੁਸੀਂ ਵੇਖ ਰਹੇ ਹੋ ਕਾਰ ਦੀਆਂ ਸੀਟਾਂ ਦੇ ਉੱਤੇ ਸਾਰਾ ਗਲਾਸ ਲੱਗਿਆ ਹੋਇਆ ਅਤੇ ਵੇਖੋ ਤੁਸੀਂ ਮੋਰਲੀ ਵੀ ਵਿੰਡ ਸਕਰੀਨ ਜਿਹੜੀ ਸਾਰੀ ਇਹ ਟੁੱਟ ਗਈ ਹੈ, ਗੋਲੀਆਂ ਦੇ ਨਾਲ ਭੰਨੀ ਗਈ ਹੈ। ਤੇ ਐਕਚੁਅਲੀ ਕੀ ਆ ਮਾਮਲਾ ਸਾਰਾ ਆਪਾਂ ਸੁਣਦੇ ਆ। ਮੈਂ ਵਜਾਂਗਾ ਉਹਨੂੰ ਇੱਥੇ ਹੀ ਰੋਡ 'ਚ। ਗੋਲੀਆਂ ਲੱਗੀਆਂ ਸਰ, ਬੰਦਾ ਡਬ ਨਹੀਂ ਮਰਨ ਵਾਲਾ, ਕਦੀ ਗੋਲੀਆਂ ਉਹ ਨਹੀਂ ਮਰਨ ਵਾਲਾ, ਉਹਨੇ ਪਿਸਤੌਲ ਹੀ ਫੜਿਆ ਪਰ ਇਹਨੇ ਚੱਕਦਾ ਬੰਦੇ ਨੇ ਸਾਹ ਕੇ ਗੋਲੀਆਂ ਮਾਰੀਆਂ ਉਹਦੇ। ਹਾਂਜੀ ਕਿੰਨੀਆਂ ਨੇ ਗੋਲੀਆਂ? ਪਿਛਲੇ ਟਾਇਰਾਂ ਚ ਮਾੜੀ ਉਹਦੇ ਗੱਡੀਆਂ, ਠੀਕ ਆ, ਬੈਂਸਾ ਫਸਾਈ ਹੋਈ, ਉਹਨੇ ਫੋਨ ਕੀਤਾ ਤੇ ਮੁੰਡੇ ਆ ਕੇ ਕਾਰ ਲੈ ਕੇ, ਇਹਨਾਂ ਪੁੱਛਿਆ ਕਿਸੇ ਕੋ ਨੀ, ਆਣ ਕੇ ਰਿਵਾਲਵਰ ਕੱਢੇ ਤੇ ਠਾੜ ਠਾੜ ਗੋਲੀਆਂ ਚਲਾਤੀਆਂ। ਇਹ ਘਟਨਾ ਹੋਈ ਜੀ, ਗੱਡੀਆਂ ਦੜੀਆਂ ਵੜਨ, ਚਾਚਾ ਜੀ ਦੀ ਗੱਡੀ ਪੂਰੀ ਗੇਟ ਲੱਗੇ ਚੱਲ ਗਈ ਆ, ਉਹਨੇ ਰੋਂਗ ਸਾਈਡ ਲੈ ਗੱਡੀ ਲਾਈ ਆ, ਪਹਿਲੇ ਟਾਇਰ ਪਾੜਿਆ ਵਾ, ਚਲੋ ਜੀ ਹੱਥੋਂ ਫਾਈ ਹੋ ਗਏ ਦੋਵੇਂ ਡਰਾਈਵਰ ਜੀ, ਕੋਈ ਗੱਲ ਨੀ ਬਾਤ ਨੀ। ਉਹ ਦੂਜੇ ਡਰਾਈਵਰ ਨੇ ਆਪਣੇ ਮਾਲਕ ਆੜਤੀਆਂ ਨੂੰ ਸੱਦਿਆ ਵਾ, ਉਹਨਾਂ ਹੱਥੋਂ ਫਾਈ ਹੋਈ, ਉਹਨਾਂ ਗੋਲੀਆਂ ਮਾਰੀਆਂ ਤਿੰਨ, ਦੋ ਲੱਗੀਆਂ ਵਾ, ਮੁੜ ਕੇ ਉਹਦਾ ਡੈਡੀ ਵੀ ਨਾਲ ਆੜਤੀ ਦਾ ਹਰਪਾਲ ਸਿੰਘ ਦਾ, ਉਹਨਾਂ ਪਿਸਟਲ ਖੋਇਆ ਉਹਦੇ ਪਿਓ ਨੇ, ਪਿਓ ਉਹਦਾ ਪਹਿਲੇ ਮੋਟਰਸਾਈਕਲ ਲੈ ਕੇ ਭੱਜ ਗਿਆ, ਮੁੰਡਾ ਬਾਅਦ 'ਚ ਭੱਜ ਗਿਆ ਜੀ। ਸਾਨੂੰ ਇਨਸਾਫ਼ ਚਾਹੀਦਾ ਜੀ, ਬਸ ਉਹਨਾਂ ਚੱਕ ਆਪਾਂ ਧਰਨਾ ਨਹੀਂ ਹਟਾਵਾਂਗੇ। ਚੋਣ ਜ਼ਾਬਤਾ ਜੀ ਅਸਲਾ ਕਿੱਥੋਂ ਆਉਣ ਡਿਆ ਜੀ? ਇੱਕ ਕਾਨੂੰਨ ਦੀ ਕਾਰਵਾਈ ਕਰਕੇ ਆਉਣ ਡਿਆ, ਢਿੱਲ ਕਰਕੇ ਇਹਨਾਂ ਦੀ। ਚਾਚਾ ਜੀ ਦਾ ਨਾਮ ਅੱਖਣ ਸੀ ਜੀ, ਭੰਨ ਤੋੜ ਤਾਂ ਹੀ ਹੋਈ, ਡੈਥ ਹੋ ਗਈ ਜਦੋਂ ਗੁੱਸੇ 'ਚ ਆ ਕੇ, ਤੁਹਾਨੂੰ ਪਤਾ ਭਾਈ ਹੋ ਜਾਂਦਾ ਸਭ ਕੁਛ।